ਹਲਵਾ ਹੁੰਦਾ ਬਣਾਉਣਾ ਹਲਵਾ ਹੁੰਦਾ ਮੈਨੂੰ ਬਣਾਉਣਾ ਜਿੱਦਾਂ ਤੂੰ ਨਹੀਂ ਸੀ ਰਾਤੀ ਬਣਾਇਆ ਆਪਾਂ ਬਾਲੂ ਚੌਲਾਂ ਦਾ ਹਲਵਾ ਖਰਾਬ ਹੋ ਗਈ ਸੀ ਮੇਰੇ ਕੋ ਉਹਨੂੰ ਅੱਗ ਨਹੀਂ ਲੱਗਦੀ ਉਸ ਗੈਸ ਨੂੰ ਨੱਕ 'ਚ ਅੱਗ ਲੱਗਦੀ ਉਸ ਗੈਸ ਨਾਲ ਸਭ ਖੋਇਆ ਗਿਲਾ ਪਾਉਂਦੇ ਖੋਇਆ ਗਿਲਾ ਕੀ ਹੁੰਦਾ ਮਰੇ ਤੇਰਾ ਕੀ ਨਾਮ ਮੇਰਾ ਨਾਮ ਬਹੁਤ ਹੀ ਵਧੀਆ ਮੇਰਾ ਨਾਮ ਦਿਖਾ ਤੇ ਸਹੀ ਨਾ ਦੱਸ ਆਪਣਾ ਵਧੀਆ ਨਾਮ ਦਿਖਾ ਤੇ ਸਹੀ ਉਹ ਕੀ ਦਿਖਾਣ ਵਾਲਾ ਕੋਈ ਫਰਨੀਚਰ ਤੈਨੂੰ ਦਿਖਾ ਦਵਾ ਹੈ ਦਿਖਾ ਤੇ ਸਹੀ ਬਰਿਆਨੀ ਵੀ ਬਣਾ ਕੇ ਦਿਖਾਉਣਾ ਇੱਕ ਵਾਰੀ ਮੈਨੂੰ ਗੋਸ਼ਤ ਤੇ ਬਣਾ ਲੈਂਦੇ ਪੰਜਾਂ ਬੋਟੀਆਂ ਦੱਸ ਕੀ ਤੁਹਾਡੇ ਘਰ ਐਡਾ ਕੁ ਚੂਚਾ ਸੀ ਉਹ ਵੀ ਕਰਤਾ ਤੁਸੀਂ ਪੰਜ ਬੋਟੀਆਂ ਤੋਂ ਲੈ ਕੇ ਆ ਗਈਆਂ ਤੈਨੂੰ ਸ਼ਰਮ ਨਹੀਂ ਆਈ ਪੰਜ ਬੋਟੀਆਂ ਲੈਂਦੇ ਓਦਾਂ ਦਾ ਉਹ ਬੰਦਾ ਤੇਰਾ ਜਿਹੜਾ ਘਰ ਬੈਠਾ ਤੈਨੂੰ ਕਹੀ ਜਾਂਦਾ ਦੇਖਦਾ ਸਾਲਣ ਖਾਣਾ ਦੇਖਦਾ ਸਾਲਣ ਖਾਣਾ ਉਹਨੂੰ ਕਹ ਗੋਲੀ ਨਾ ਖਾ ਲਈ ਮੇਰੇ ਕੋ ਅੱਧਾ ਕੱਪ ਸੂਜੀ ਦਾ ਮੈਂ ਲੈ ਕੇ ਆਈ ਹਾਂ ਤੇ ਤੂੰ ਉਹ ਨਾ ਵਧੀਆ ਜਿਹੀ ਵੱਡੀ ਕੜਾਈ ਕੱਢ ਕੇ ਨਾ ਉਹਦੇ ਵਿੱਚ ਮਜ਼ੇਦਾਰ ਜਿਹਾ ਹਲਵਾ ਬਣਾ ਦੇਣਾ ਠੀਕ ਆ ਉਹ ਤੇ ਕਿਸੇ ਕੜਾਈ 'ਚ ਵੀ ਨਹੀਂ ਆਉਣੀ ਅੱਧਾ ਕੱਪ ਇੱਕ ਨਾਮ ਆ ਅੱਧਾ ਕੱਪ ਇੱਕ ਕੁਆਂਟਿਟੀ ਆ ਮੇਰੀ ਭੈਣ ਉਹ ਕਿਸੇ ਕੜਾਈ 'ਚ ਨਹੀਂ ਆਉਣੀ ਵੀ ਮਾੜੇ ਸ਼ਕਲ ਤੇ ਵਿਖਾ ਦੇ ਕਿਹਦੀ ਓਏ ਉਹ ਦੇਗ ਦੀ ਸਾਲਣ ਦੀ ਕਹਿ ਦਿਖਾ ਦਿੰਨੇ ਮੈਂ ਕਿਹੜਾ ਦੇਗ ਦਫਨਾ ਦੇਣੀ ਹੈ ਦੇਗਾਂ ਵਾਲਾ ਅੱਜ ਤੇ ਮੈਂ ਪਤਾ ਕਰਕੇ ਹੀ ਜਾਣਾ ਵਾ ਦੇਗਾਂ ਦਾ ਬੜਾ ਹੀ ਕਹਿੰਦੇ ਮੈਨੂੰ ਬਾਰ ਬਾਰ ਅਸਲਾਮ ਅਲੈਕੁਮ ਚਾਚੂ ਜੀ ਤੁਹਾਡੇ ਰਾਜਾ ਸਾਹਿਬ ਕਿੱਥੇ ਆ ਉਹ ਅੰਦਰ ਪਕਾਈ ਕਰ ਰਿਹਾ ਹੈ ਅੱਛਾ ਸਭ ਤੋਂ ਖਾਸ ਬੰਦਾ ਹੀ ਉਹੀ ਹੁੰਦਾ ਹਾਏ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਹਾਂਜੀ ਵੀਰੇ ਦੇਗਾ ਬਣਾਉਂਦੇ ਹੋ ਨਹੀਂ ਬਾਜੀ ਦੇਗਾਂ ਅਫਜ਼ਾਬਾਦ ਬਣਦੇ ਆ ਅਸੀਂ ਉਹਨਾਂ ਚ ਸਾਲਣ ਬਣਾਉਂਦੇ ਆਏ ਹਾਏ ਉਹੀ ਦੇਗ ਵਾਲਾ ਸਾਲਣ ਬਣਾਉਂਦੇ ਹੋ ਦੇਗ ਵਾਲਾ ਸਾਲਣ ਹੀ ਬਣਾਉਂਦੇ ਆ ਹੋਰ ਤੁਹਾਨੂੰ ਹਾਂਡੀ ਦੇਖ ਰਹੀ ਹੈ ਅੱਛਾ ਅੱਛਾ ਕੀ ਕੀ ਬਣਾ ਲੈਂਦੇ ਆ ਤੁਸੀਂ ਬਾਜੀ ਅਸੀਂ ਸਭ ਕੁਝ ਬਣਾ ਲੈਂਦੇ ਆ ਅਸੀਂ ਮੂੰਹ ਵੀ ਬਣਾ ਲੈਂਦੇ ਆ ਕਹਿੰਦੇ ਤੇ ਬਣਾ ਦਵਾਂ ਨਹੀਂ ਉਹ ਰਹਿਣ ਦੇ ਪਹਿਲੇ ਬਣਿਆ ਅਜੀਬ ਜਿਹਾ ਕੋਰਮਾ ਬਣਾ ਲੈਂਦੇ ਹੋ ਹਾਂਜੀ ਤੇ ਕੋਰਮੇ ਉੱਤੇ ਸੋਹਣੀ ਜਿਹੀ ਤਰੀ ਆਉਂਦੀ ਆ ਤਰੀ ਆਉਂਦੀ ਆ ਕਿ ਵੇਖਣੀ ਤੁਸੀਂ ਨਹੀਂ ਇਹ ਮੈਂ ਪੁੱਛ ਰਹੀ ਹਾਂ ਪਤਾ ਕੀ ਜਦੋਂ ਆਰਡਰ ਦੇਣਾ ਤੇ ਫਿਰ ਸੋਚ ਕੇ ਦੇਣਾ ਨਾ ਅੱਛਾ ਅੱਛਾ ਤੁਸੀਂ ਆਰਡਰ ਦੇਣਾ ਵਾ ਹਾਂ ਕੋਲੇ ਤੁਸੀਂ ਹਾਂਜੀ ਹਲੇ ਮੈਨੂੰ ਦੱਸ ਤੇ ਦਵੋ ਕਿਹੜੀ ਕਿਹੜੀ ਸ਼ਾਇਦ ਤੁਸੀਂ ਵਧੀਆ ਬਣਾ ਲੈਂਦੇ ਹੋ ਨਾ ਬਾਜੀ ਅਸੀਂ ਹਲੀਮ ਬਣਾ ਲੈਨੇ ਆ ਅੱਛਾ ਹਲੀਮ ਚ ਕਿਹਦਾ ਗੋਸ਼ਤ ਪਾਉਂਦੇ ਹੋ ਹਲੀਮ ਚ ਅਸੀਂ ਚਣਿਆਂ ਦਾ ਗੋਸ਼ਤ ਪਾਉਨੇ ਦਾਲ ਚਣਾ ਦਾ ਬਣਦਾ ਵਾ ਗੋਸ਼ਤ ਜਿਹੜਾ ਅਗਲਾ ਦਵੇ ਉਹ ਪਾ ਦੇਈਦਾ ਤੇਰੇ ਭਾਈ ਤੇ ਕਹਿੰਦੇ ਸੀ ਕੁੱਕੜ ਦਾ ਬਣਦਾ ਵਾ ਹਲੀਮ ਜੇ ਕੁੱਕੜ ਵੀ ਪੈ ਜਾਏਗਾ ਬਾਕੀ ਕੱਟਾ ਵੀ ਪਾ ਸਕਦੇ ਹੋ ਤੁਸੀਂ ਬੱਕਰਾ ਵੀ ਪਾ ਸਕਦੇ ਹੋ ਤੁਸੀਂ ਆਪਣੀ ਹੈਸੀਅਤ ਦੇ ਮੁਤਾਬਕ ਆਪਣੀ ਔਕਾਤ ਦੇ ਮੁਤਾਬਕ ਜਿਹੜਾ ਮਰਜ਼ੀ ਗੋਸ਼ਤ ਦੇ ਦੋ ਸਾਨੂੰ ਬਸ ਖੋਤਾ ਨਾ ਪਾਈਓ ਬਾਕੀ ਖੈਰ ਆ ਬਾਜੀ ਅਸੀਂ ਵੈਸੇ ਲਾਹੌਰੀਏ ਮਸ਼ਹੂਰ ਹੋਏ ਆ ਖੋਤੇ ਖੋਤੇ ਦੀ ਐਸੀ ਕੋਈ ਗੱਲ ਨਹੀਂ ਹੈ ਨਹੀਂ ਤੇ ਰੇੜੀਆਂ ਅੱਗੇ ਬੰਦੇ ਜੁੜੇ ਖੋਤੇ ਹੀ ਆ ਹਾਂ ਆ ਤੇ ਹੈ ਵਾ ਅੱਛਾ ਹੋਰ ਮਿੱਠੇ 'ਚ ਕੀ ਬਣਾਉਂਦੇ ਹੋ ਮਿੱਠੇ 'ਚ ਬਾਜੀ ਅਸੀਂ ਹਲਵਾ ਵੀ ਬਣਾ ਲਈਦਾ ਵਾ ਬਰਿਆਨੀ ਬਣਾ ਲੈਂਦੇ ਮਿੱਠੇ 'ਚ ਨਹੀਂ ਵੈਸੇ ਪੁੱਛ ਰਹੀ ਹਾਂ ਵੈਸੇ ਪੁੱਛ ਰਹੇ ਤੇ ਹਾਂਜੀ ਬਣਾ ਲੈਂਦੇ ਹਾਂ ਬਾਜੀ ਤੇ ਬਰਿਆਨੀ ਦੇ ਚੌਲ ਕਿੰਨੇ ਰੰਗਾਂ ਦੇ ਬਣਦੇ ਤੁਹਾਡੇ ਕੋਲ ਸਾਡੇ ਕੋਲ ਜਿਹੜੀ ਬਰਿਆਨੀ ਹੁੰਦੀ ਉਹ ਹੀ ਬਣਦੀ ਆ ਕਿੰਨੇ ਰੰਗਾਂ ਦੀ ਪਰ ਤੇਰੇ ਭਾਈ ਨੇ ਕਹਿੰਦੇ ਸੀ ਇੱਕ ਇੱਕ ਚੌਲ ਤੇ 7 ਰੰਗ ਆਣੇ ਚਾਹੀਦੇ ਆ ਉਹ ਫਿਰ ਡਾਈ ਕਰਵਾ ਦੇਣਗਾ ਤੈਨੂੰ ਮੈਂ ਬਰਿਆਨੀ ਜੀ ਤੁਸੀਂ ਨਹੀਂ ਲਿਆ ਸਕਦੇ ਨਹੀਂ ਟੈਲੈਂਟ ਹੀ ਨਹੀਂ ਹੈਗਾ ਲੋਕਾਂ 'ਚ ਬਾਜੀ ਟੈਲੈਂਟ ਮੈਂ ਕਿਹੜਾ ਇੰਡੀਅਨ ਆਈਡਲ 'ਚ ਦਨਾਈ ਲੱਗਾ ਵਾਂ ਤੈਨੂੰ ਟੈਲੈਂਟ ਦਿਖਾਵਾਂ ਤੁਸੀਂ ਜਦੋਂ ਸਾਡੇ ਹੱਥ ਦਾ ਬਣਾਈ ਹੋਈ ਚੀਜ਼ ਕੋਈ ਖਾਓਗੇ ਨਾ ਤੁਹਾਨੂੰ ਆਪੇ ਪਤਾ ਲੱਗ ਜਾਊ ਸਾਡਾ ਟੈਲੈਂਟ ਤੁਸੀਂ ਦੱਸੋ ਬਰਿਆਨੀ ਕਿੰਨੀ ਕਰਨੀ ਅੱਛਾ ਮਿੱਠੇ 'ਚ ਕੀ ਬਣਾ ਲੈਂਦੇ ਹੋ ਬਾਜੀ ਅਸੀਂ ਖੀਰ ਬਣਾ ਲੈਂਦੇ ਹਾਂ ਮਿੱਠੇ 'ਚ ਨਹੀਂ ਉਹ ਛੱਡ ਪਲਾਓ ਬਣਾ ਲੈਂਦੇ ਹੋ ਪਲਾਓ ਵੀ ਬਣਾ ਲੈਂਦੇ ਬਾਜੀ ਕਿਹੜਾ ਤੁਸੀਂ ਬੀਫ ਪਲਾਓ ਮਟਨ ਪਲਾਓ ਕਾਬਲੀ ਪਲਾਓ ਬੰਨੂ ਪਲਾਓ ਜਿਹੜਾ ਨਾ ਕਾਬਲੀ ਪਲਾਓ ਹੋਏ ਉਹ ਬਣਾ ਲੈਂਦੇ ਹੋ ਹਾਂਜੀ ਉਹ ਬਣਾ ਲਈਦਾ ਵਾ ਜੇ ਅਗਲਾ ਨਾ ਕਾਬਲੇ ਇੱਜ਼ਤ ਹੋਵੇ ਤੇ ਬਣਾ ਦੇਈਦਾ ਅਸੀਂ ਤੇਰੇ ਭਾਈ ਨੂੰ ਨਾ ਅਨੋਖੀਆਂ ਅਨੋਖੀਆਂ ਡਿਸ਼ਾਂ ਪਸੰਦ ਆ ਉਹਨੂੰ ਫਿਰ ਕੁੱਤਾ ਖਵਾ ਦੇ ਜੇ ਏਡੀ ਅਨੋਖੀ ਡਿਸ਼ ਪਸੰਦ ਆ ਉਹਨੂੰ ਆਹੋ ਮਿੱਠੇ 'ਚ ਪਲਾਓ ਪਸੰਦ ਆ ਤੇ ਨਹੀਂ ਕੁੱਤੇ ਤੇ ਹੁਣ ਪੁਰਾਣੀ ਆਈਟਮ ਹੋ ਗਈ ਨਾ ਉਹ ਕਹਿੰਦੇ ਕਿ ਨਵੀਂ ਸ਼ੈ ਮੈਂ ਟਰਾਈ ਕਰਨਾ ਚਾਹੁੰਦਾ ਤਾਂ ਖਾ ਚੁੱਕੇ ਹੋਰੇ ਤੇ ਗੈਰਤ ਕਿਉਂ ਨਹੀਂ ਖਾਂਦੇ ਪਤਾ ਨਹੀਂ ਇਹ ਤੇ ਸਮਝ ਨਹੀਂ ਆਈ ਚੱਲ ਹੋਰ ਡਿਸ਼ ਮੈਂ ਪੁੱਛ ਲੈਂਦੀ ਹਾਂ ਉਹਨਾਂ ਕੋਲੋਂ
ਕਿਉਂਕਿ ਨਹੀਂ ਖਾਣਾ ਚਾਹੁੰਦੇ ਵੈਸੇ ਤਾਂ ਉਹਨਾਂ ਨੇ ਮੈਨੂੰ ਵਾਵਾ ਦੱਸੀਆਂ ਸੀ ਬਜੇ ਜਲਦੀ ਉਹਦੇ ਕੋ ਪੁੱਛ ਲਾ ਇਧਰ ਮੇਰਾ ਸਾਲਨਾ ਥੱਲੇ ਲਵਾ ਦੇ ਹਾਂ ਯਾਦ ਆਇਆ ਮੈਨੂੰ ਨਹੀਂ ਆ ਕਰਚੀ ਨੂੰ ਕਿਉਂ ਕੱਪੜੇ ਨਾਲ ਫੜਿਆ ਵਾ ਸ਼ਾਟ ਮਾਰਦੀ ਆ ਨਹੀਂ ਬਾਜੀ ਇਹ ਸਿੰਗਲ ਲੈਂਦੀ ਆ ਸ਼ਾਟ ਨਹੀਂ ਵੈਸੇ ਹੀ ਗਰਮ ਆ ਅੱਛਾ ਅੱਛਾ ਤਦ ਫੜਿਆ ਵਾ ਇਹਨੂੰ ਇਤੋਂ ਕੱਪੜੇ ਨੂੰ ਅੱਛਾ ਅੱਛਾ ਉਂਝ ਮਿੱਠਾ ਤੇ ਬਣਾ ਲੈਂਦੇ ਹੋ ਨਾ ਤੁਸੀਂ ਹਾਂਜੀ ਮਿੱਠਾ ਬਹੁਤ ਅੱਛਾ ਬਣਾਉਨੇ ਆ ਤੁਸੀਂ ਦੱਸੋ ਮਿੱਠੇ 'ਚ ਬਣਵਾਉਣਾ ਕਿ ਜਾਂਦੇ ਫਿਰਨੀ ਖੀਰ ਕੜਾਈ ਮਿੱਠੇ 'ਚ ਨਹੀਂ ਉਂਝ ਪੁੱਛ ਰਹੀ ਆ ਕੜਾਈ ਬਣਾ ਲੈਂਦੇ ਕੜਾਈ ਗੋਸ਼ਤ ਹਾਂਜੀ ਬਣਾ ਲੈਨੇ ਆ ਚਾਰ ਗੋਸ਼ਤ ਬਣਾ ਲੈਨੇ ਆ ਮੇਰੀ ਭੈਣ ਅੱਛਾ ਵਿੱਚ ਨਾ ਕੀੜਾ ਕੀੜਾ ਮਸਾਲਾ ਪਾਉਂਦੇ ਮਸਾਲੇ ਤੇ ਦੱਸੋ ਮਸਾਲੇ ਆ ਪਏ ਹੋਏ ਆ ਬਾਜੀ ਅਸੀਂ ਸਾਰੇ ਮਸਾਲੇ ਪਾ ਲਈਦੇ ਆ ਮਸਾਲੇ ਦੀਆਂ ਡੱਬੀਆਂ ਘੱਟ ਪਾਣ ਦੀਆਂ ਬੋਤੀਆਂ ਲੱਗਦੀਆਂ ਪਈਆਂ ਕਿਉਂ ਮੈਂ ਤੇ ਕੋਈ ਪੁੱਛਿਆ ਚੂਨਾ ਕਿੰਨਾ ਲਾਉਣਾ ਨਹੀਂ ਆ ਦੇਖਣਾ ਵੀਰੇ ਕੀ ਕਰਨਾ ਤੂੰ ਆ ਪਾਨਾਂ ਦੀ ਦੁਕਾਨਾਂ ਤੇ ਡੱਬੀਆਂ ਪਈਆਂ ਹੁੰਦੀਆਂ ਤੂੰ ਜਾਣੀ ਆ ਪਾਨਾਂ ਦੀਆਂ ਦੁਕਾਨਾਂ ਤੇ ਕਦੀ ਕਦੀ ਚਲੋ ਫੇ ਕਦੀ ਕਦੀ ਜਾਣੀ ਆ ਨਾ ਅੱਜ ਤੂੰ ਇੱਥੇ ਵੀ ਦੇਖ ਲਈ ਆ ਨਾ ਸਮੇਂ ਤੇਰੀ ਜ਼ਿੰਦਗੀ ਮੁਕੰਮਲ ਹੋ ਗਈ ਆ ਉਸ ਤੋਂ ਅੱਗੇ ਗੱਲ ਕਰ ਆ ਸਾਰਾ ਸਮਾਨ ਦੇਗਾਂ ਚ ਪਾਉਣ ਵਾਲਾ ਰੱਖਿਆ ਮੈਂ ਅੱਛਾ ਵਿੱਚ ਕੀੜਾ ਕੀੜਾ ਮਸਾਲਾ ਵਾ ਇਹਦੇ ਵਿੱਚ ਬਾਜੀ ਗਰਮ ਮਸਾਲਾ ਵਾ ਕਾਲੀ ਮਿਰਚ ਦੀ ਡੱਬੀ ਆ ਨਮਕ ਠੰਡਾ ਮਸਾਲਾ ਹੈਗਾ ਤੁਹਾਡੇ ਕੋ ਹਾਂਜੀ ਠੰਡਾ ਮਸਾਲਾ ਹੈਗਾ ਤੁਹਾਡੇ ਕੋ ਕਿਉਂ ਉਹ ਕੀ ਕਰਨਾ ਤੁਸੀਂ ਤੇਰੇ ਭਾਈ ਦਾ ਦਿਮਾਗ ਬੜਾ ਗਰਮ ਰਹਿੰਦਾ ਮੈਂ ਕਿਹਾ ਗਰਮ ਮਸਾਲਾ ਨਹੀਂ ਪਵਾਉਣਾ ਠੰਡਾ ਹੀ ਪਵਾਉਣਾ ਮੈਂ ਨਹੀਂ ਬਾਜੀ ਠੰਡਾ ਮਸਾਲਾ ਹੁੰਦਾ ਹੀ ਨਹੀਂ ਐ ਤੂੰ ਕਿਹੜੀ ਔਰਤ ਆ ਤੈਨੂੰ ਮਸਾਲਿਆਂ ਦਾ ਹੀ ਨਹੀਂ ਪਤਾ ਤੁਸੀਂ ਦੱਸੋ ਮੇਰੇ ਕੋ ਕੰਮ ਕੀ ਕਰਾਉਣਾ ਮੇਰੇ ਕੋ ਅੱਗੇ ਆਰਡਰ ਆਇਆ ਪਿਆ ਅੱਛਾ ਅੱਛਾ ਵੈਸੇ ਤੇ ਤੁਸੀਂ ਮਿੱਠਾ ਬਣਾ ਲੈਂਦੇ ਹੋ ਨਾ ਹਾਂਜੀ ਮਿੱਠਾ ਬਣਾ ਲੈਨੇ ਆ ਅਸੀਂ ਜੇ ਬਣਵਾਵੇ ਕੋਈ ਤੇ ਤੇ ਬਣਵਾ ਲਓ ਮਿਹਰਬਾਨੀ ਆ ਤੁਹਾਡੀ ਅੱਛਾ ਮਿੱਠੇ ਦੇ ਵਿੱਚ ਕਿਹੜੀ ਕਿਹੜੀ ਆਈਟਮ ਬਣਾਉਂਦੇ ਹੋ ਮਿੱਠੇ 'ਚ ਅਸੀਂ ਗੁੜ ਵਾਲੇ ਚੌਲ ਬਣਾਉਂਦੇ ਆ ਤੁਹਾਨੂੰ ਅੱਗੇ ਵੀ ਦੱਸਿਆ ਫਿਰਨੀ ਬਣਾਉਂਦੇ ਆ ਕਸਟਰਡ ਬਣਾਉਂਦੇ ਆ ਖੀਰ ਬਣਾਉਂਦੇ ਆ ਅੱਛਾ ਤੇ ਜਿਹੜਾ ਤੁਸੀਂ ਕਸਟਰਡ ਬਣਾਉਂਦੇ ਹੋ ਉਹਦੇ ਵਿੱਚ ਕਿਹੜਾ ਕਿਹੜਾ ਫਲ ਪਾਉਂਦੇ ਹੋ ਬਾਜੀ ਉਹ 'ਚ ਸਾਰੇ ਹੀ ਫਲ ਪੈ ਜਾਂਦੇ ਆ ਜੇ ਅਗਲਾ ਦਵੇ ਤੇ ਕਿਉਂਕਿ ਅਗਲੇ ਦੇ ਮੁਤਾਬਕ ਅਸੀਂ ਪਾਉਣੇ ਨਾ ਜੇ ਉਹਦੇ ਵਿੱਚ ਮੈਂ 75 ਫਲ ਪਵਾਣੇ ਹੋਣ ਤੇ ਫੇਰ ਤੇ ਭੈਣੇ ਪਹਿਲੇ 75 ਪੂਰੇ ਕਰਨੇ ਪੈਣੇ ਨਾ ਆਓ ਜੇਬ 'ਚ ਰੁਪਈਆ ਇੱਕ ਫਲ ਦਾ ਹੋਵੇ ਤੇ 75 ਫਲ ਤੋਂ ਲਾਜ਼ਮੀ ਪਵਾਉਣੇ ਸਬਰ ਦਾ ਫਲ ਨਹੀਂ ਪੈ ਜਾਂਦਾ ਵਿੱਚ ਕਿਉਂ ਤੈਨੂੰ ਬੇਸਬਰੀ ਹੈ ਕਿਸੇ ਸ਼ਾਇਦ ਨਹੀਂ ਤੇਰੇ ਭੈਣ ਕਹਿੰਦੇ ਕਿ ਬੜੀ ਸਬਰ ਵਾਲੀ ਆ ਤੂੰ ਤੈਨੂੰ ਸਬਰ ਦਾ ਫਲ ਮਿਲਣਾ ਕੀ ਸਬਰ ਵਾਲੀ ਆ ਉਹਨਾਂ ਨਾਲ ਰਹਿ ਜੋ ਰਹੀ ਆ ਸਬਰ ਵਾਲੀ ਆ ਹਾਂ ਫੇਰ ਤੇ ਤੂੰ ਵਾਕਈ ਸਬਰ ਵਾਲੀ ਨਹੀਂ ਤੁਸੀਂ ਇਹ ਦੱਸੋ ਕੀ ਬਣਵਾਉਣਾ ਚਾਹੁੰਦੇ ਆ ਤੁਸੀਂ ਮੇਰੇ ਕੋਲ ਹਾਂ ਮੈਂ ਉਹੀ ਦੱਸਣ ਲੱਗੀ ਤੇਰੇ ਭਾਈ ਨੇ ਕਹਿੰਦੇ ਆ ਕਿ ਮੈਂ ਦੇਗ ਦਾ ਸਾਲਨ ਖਾਣਾ ਦੇਗ ਦੀ ਬਰਿਆਨੀ ਖਾਣੀ ਆ ਤੇ ਮੈਂ ਕਿਹਾ ਹਾਂ ਸਦਕੇ ਜਾਵਾਂ ਮੈਂ ਬਣਵਾਵਾਂਗੀ ਦੇਗ ਦਾ ਇੱਕ ਛੱਡ ਕੇ ਮੈਂ ਤੇ ਕਿੰਨੀਆਂ ਦੇਗਾਂ ਤੁਹਾਡੇ ਕੋਲ ਸਾਡੇ ਕੋਲ ਭਾਜੀ ਫੇਰ ਲਾ ਲੈ ਤੇ 22 ਦੇਗਾਂ ਪਈਆਂ ਹੋਈਆਂ ਹਾਂ ਤੇ 22 ਦੀਆਂ 22 ਬਣਵਾ ਲਾਂਗੇ ਮੈਂ ਕਿਹਾ ਹੁਕਮ ਤੇ ਕਰੋ ਤੁਸੀਂ ਇੱਕ ਵਾਰੀ ਕਹੋ ਤੇ ਸਹੀ ਤੇ ਇਸ ਵਾਸਤੇ ਨਾ ਹੁਣ ਮੈਂ ਆਰਡਰ ਦੇਣ ਆਈ ਆ ਤੇ 22 ਦੇਗਾਂ ਕਾਹਦੀਆਂ ਬਣਵਾਉਣੀਆਂ ਦੱਸੋ ਨਾ ਮੈਂ ਲਿਖਣ ਲਈ ਖਲੋਤਾ ਹਾਂ ਹਾਂ ਤੇ ਮੈਨੂੰ ਪਹਿਲੇ ਨਾ ਦੱਸੋ ਨਾ ਕਿਹੜੀ ਸ਼ੈ ਵਧੀਆ ਬਣਦੀ ਆ ਤੁਹਾਡੇ ਇੱਥੇ ਤੇ ਮੈਂ ਫਿਰ ਆਰਡਰ ਦੇ ਕੇ ਜਾਣਾ 22 ਦੇਗਾਂ ਦਾ ਸਾਡੇ ਹਰ ਸ਼ੈ ਵਧੀਆ ਬਣਦੀ ਆ ਭੈਣੇ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਤੁਸੀਂ ਦੱਸੋ ਸਾਨੂੰ ਕੀ ਬਣਵਾਉਣਾ ਕੀ ਆ ਜਿਹੜੀ ਤੁਸੀਂ ਫਿਰਨੀ ਬਣਾਉਂਦੇ ਹੋ ਉਹ ਕਿੱਦਾਂ ਬਣਾਉਂਦੇ ਹੋ ਉਹ ਫਿਰ ਕੇ ਬਣਾਉਨੇ ਆ ਅਸੀਂ ਜਰਾ ਫਿਰ ਟੁਰ ਕੇ ਬਾਜੀ ਜਿੱਦਾਂ ਬਣਦੀ ਆ ਦੇਗ 'ਚ ਬਣਾਈ ਦੀ ਆ ਹੋਰ ਤੂੰ ਘਰ ਨਹੀਂ ਕਦੀ ਬਣਾਈ ਫਿਰਨੀ ਨਹੀਂ ਤੇਰੇ ਭਾਈ ਤਾਂ ਕਹਿੰਦੇ ਦੇਗ ਦੀ ਖਾਣੀ ਆ ਤੂੰ ਵੈਸੇ ਮੈਨੂੰ ਬਹੁਤ ਫਿਰਨੀ ਲੱਗਦੀ ਵੀ ਕਿਹੜੇ ਰੰਗ ਦੀ ਬਣਾਉਂਦੇ ਹੋ ਫਿਰਨੀ ਇਹ ਦੱਸੋ ਮੈਨੂੰ ਰੰਗ ਪਹਿਲੇ ਕੋ ਰੰਗ ਦੀ ਹੁੰਦੀ ਆ ਤੂੰ ਕਿਹੜਾ ਸੂਟ ਲੈਣ ਆਈ ਆ ਮੇਰੇ ਕੋ ਰੰਗ ਪੁੱਛੀ ਜਾਂ ਨਹੀਂ ਆ ਕਿਹੜੇ ਰੰਗ ਦੀ ਬਣਾਉਨੇ ਆ ਕਿਹੜਾ ਰੰਗ ਦੱਸ ਫਿਰਨੀ 'ਚ ਦੁੱਧ ਪੈਂਦਾ ਆਹੋ ਦੁੱਧ ਦਾ ਕੀ ਰੰਗ ਆ ਤੁਹਾਡੇ ਮਹੱਲੇ 'ਚ ਚਿੱਟਾ ਤੇ ਫਿਰਨੀ ਦਾ ਵੀ ਉਹੀ ਆ ਤੇ ਤੇਰੇ ਭਾਈ ਤੇ ਕਹਿੰਦੇ ਸੀ ਮੈਂ ਨਾ ਹਰੇ ਰੰਗ ਦੀ ਫਿਰਨੀ ਖਾਣੀ ਆ ਫਿਰਨੀ ਉਹਨਾਂ ਨੇ ਹਰੇ ਰੰਗ ਦੀ ਖਾਣੀ ਆਹੋ ਫਿਰਨੀ ਉਹਨਾਂ ਦੇ ਮੂੰਹ ਨਿਕਲ ਗਿਆ ਉਹਨਾਂ ਨੇ ਉੱਲੀ ਖਾਣੀ ਆ ਝੰਡਾ ਖਵਾ ਦੇ ਉਹਨਾਂ ਨੂੰ ਪਾਕਿਸਤਾਨ ਦਾ ਜੇ ਹਰੀ ਖਾਣੀ ਆ ਉਹਨੇ ਦੱਸ ਮੈਂ ਸਮਝਿਆ ਫਿਰਨੀ ਕਹਿੰਦੇ ਨਹੀਂ ਮੈਂ ਤੈਨੂੰ ਦੱਸਦਾ ਵਾਂ ਚਿੱਟੀ ਫਿਰਨੀ ਕਿੱਦਾਂ ਉਹ ਖਾ ਲੈਣਗੇ ਉਹਨਾਂ ਨੂੰ ਨਾ ਹਰੀ ਐਨਕ ਲਵਾ ਦੇ ਹਾਂ ਤੇ ਮੈਂ ਸੋਚਿਆ ਹੀ ਨਹੀਂ ਆ ਹਾਂ ਤੇਰਾ ਗੱਲ ਮੁੱਕੀ ਹੁਣ ਫਿਰਨੀ ਦੀਆਂ ਕਿੰਨੀਆਂ ਦੇਗਾਂ ਦੱਸੋ ਉਹਨਾਂ ਨੇ ਐਨਕ ਲਾਤੀ ਫੇਰ ਤੁਸੀਂ ਥੋੜਾ ਰੰਗ ਸਿੱਟ ਦੋ ਕੀ ਜਾਂਦਾ ਤੁਹਾਡਾ ਬਾਜੀ ਰੰਗ ਸੁੱਟ ਦਾਂਗੇ ਮੈਂ ਤਾਂ ਕਹਿੰਦਾ ਤੇਰੇ ਤੇ ਵੀ ਰੰਗ ਸੁੱਟ ਦਵਾਂ ਤੂੰ ਵੀ ਉਹਨਾਂ ਨੂੰ ਹਰੀ ਫਿਰਨੀ ਲੱਗੇ ਅੱਛਾ ਚਲੋ ਫਿਰਨੀ ਨੂੰ ਛੱਡੋ ਤੁਸੀਂ ਮੈਨੂੰ ਦੱਸੋ ਕਿ ਜਿਹੜੇ ਤੁਸੀਂ ਮਿੱਠੇ ਚੌਲ ਬਣਾਉਂਦੇ ਹੋ ਤੇ ਉਹਦੇ ਵਿੱਚ ਚੀਨੀ ਕਿੰਨੀ ਪਾਉਂਦੇ ਹੋ ਚੀਨੀ ਬਾਜੀ ਅਸੀਂ ਚੌਲਾਂ ਦੀ ਕੁਆਂਟੀਟੀ ਦੇ ਮੁਤਾਬਕ ਹੁਣ ਚੌਲਾਂ ਦੀ ਦੇਗ 8 ਕਿਲੋ ਦੀ ਆ 10 ਕਿਲੋ ਦੀ ਆ 12 ਕਿਲੋ ਦੀ ਆ ਉਹਦੇ ਮੁਤਾਬਕ ਹੁਣ ਹਸਬੇ ਜ਼ਾਇਕਾ ਚੀਨੀ ਪਾ ਦੇਈ ਦੀ
ਅੱਛਾ ਅਗਰ ਇਹਨੂੰ ਸ਼ੂਗਰ ਹੋਵੇ ਤਾਂ ਫੇਰ ਵੀ ਫਿੱਕੇ ਮਿੱਠੇ ਚੌਲ ਬਣਾ ਦੇਦੀ ਐ ਜਿਹੜੀ 10 ਕਿਲੋ ਦੀ ਜਿਹੜੀ ਚੋਲਾ ਦੀ ਦੇਗਾ ਮਿੱਠੀ ਔਰ ਚ ਚੀਨੀ ਕਿੰਨੀ ਪੈਂਦੀ ਐ ਦਾਦੀ ਚੀਨੀ ਸਿੱਧੀ ਸਿੱਧੀ ਗੱਲ ਆ 5 ਕਿਲੋ ਪੈਣੀ ਆ ਉਹਦੇ ਚ ਚੀਨੀ 10 ਕਿਲੋ ਦੀ ਦੇਗ ਚੋਲਾ ਦੀ ਤੂੰ ਸਿੱਧੀ ਸਿੱਧੀ ਨਾ ਨਾ ਬਣਾਈ ਕੋ ਫੇਰ ਕੇ ਬਣਾਈ ਹੱਥ ਹੋਲਾ ਰੱਖਣਾ ਚੀਨੀ ਵਾਲੋ ਹੱਥ ਹੋਲਾ ਤੁਸੀਂ ਲਿਆ ਕੇ ਦੇਣਾ ਸਮਾਨ ਕਿ ਮੈਂ ਆਪ ਲਿਆਉਣਾ ਸਭ ਤੋਂ ਪਹਿਲੇ ਮੈਨੂੰ ਇਹ ਦੱਸੋ ਉਹ ਦੇਖ ਲੈਂਦੇ ਹਿਸਾਬ ਲਾ ਲੈਂਦੇ ਮੈਂ ਤੇ ਕਹਿੰਦੀ ਆ ਮੈਂ ਆਪ ਹੀ ਸਮਾਨ ਲਿਆ ਦਾਣਾ ਤੁਸੀਂ ਮੈਨੂੰ ਲਿਖ ਕੇ ਦੇਣਾ ਬਸ ਜਨ ਕੇ ਆਵਾਰਾ ਕਰਦ ਹੋਈ ਆ ਤੇਰਾ ਫਿਰ ਇਹਨੂੰ ਦਿਲ ਕਰਦਾ ਵੀ ਨਹੀਂ ਤੇਰੇ ਭਾਈ ਨੇ ਕਹਿੰਦੇ ਆ ਕਿ ਤੂੰ ਆਪਣੇ ਹੱਥਾਂ ਨਾਲ ਸੋਨਾ ਜਿਹਾ ਸਮਾਨ ਲੈ ਕੇ ਦੇ ਕੇ ਆਈ ਤੇ ਮੇਰੇ ਭਾਈ ਨੇ ਇਹ ਨਹੀਂ ਕਿਹਾ ਤੂੰ ਆਪਣੇ ਹੱਥਾਂ ਨਾਲ ਮੈਨੂੰ ਚੌਲ ਖਵਾ ਬਣਾ ਕੇ ਨਹੀਂ ਉਹ ਕਹਿੰਦੇ ਦੇਗ ਦਾ ਹੀ ਖਾਣਾ ਵਾ ਦੇਗ ਦਾ ਹੀ ਖਾਣਾ ਹਾਲਾਂਕਿ ਮੈਂ ਐਡਾ ਵਧੀਆ ਬਣਾਉਂਦੀ ਆ ਹੈ ਜਿਹੜਾ ਖਾਂਦਾ ਤਾਰੀਫਾ ਕਰਦਾ ਥੱਕਦਾ ਨਹੀਂ ਆ ਤੇ ਤੇਰੇ ਭਾਈ ਨੇ ਕਹਿੰਦੇ ਹੁਣ ਦਿਲ ਕਰਦਾ ਦੇਗ ਦਾ ਖਾਣ ਤੇ ਉਹਨੂੰ ਫਿਰ ਕਿਤੇ ਹੋਟਲ 'ਚ ਛੱਡ ਆ ਆ ਮੈਰਿਜ ਹਾਲ ਤੇ ਛੱਡ ਦੇ ਉਹਨੂੰ ਕੰਮ ਤੇ ਲਵਾ ਦੇ ਜਿਹੜਾ ਬੱਚਿਆ ਕੁਝ ਉਹ ਖਾ ਲਿਆ ਕਰੂ ਨਹੀਂ ਵੀਰੇ ਮੈਂ ਤੇ ਬਾਈ ਦੀਆਂ ਬਾਈ ਦੇਗਾ ਬਣਵਾਣੀਆਂ ਸਪੈਸ਼ਲ ਦੱਸੋ ਨਾ ਫਿਰ ਮੇਰੀ ਭੈਣ ਕਿਹਦੀ ਕਿਹਦੀ ਬਣਾਉਣੀ ਆ ਕਿੱਦਾਂ ਕਿੱਦਾਂ ਬਣਾਉਣੀ ਆ ਅੱਛਾ ਆ ਤੁਸੀਂ ਕੀ ਆਰਡਰ ਆਇਆ ਵਾ ਨਹੀਂ ਭੈਣੇ ਮੈਂ ਵੈਸੇ ਵੇਲਾ ਬੈਠਾ ਸੀ ਮੈਂ ਕਿਹਾ ਚਲੋ ਦਿਲ ਲਾ ਲਈਏ ਆਰਡਰ ਆਇਆ ਤੇ ਰੱਖੀਆਂ ਇਹ ਕੀ ਬਣਾ ਰਹੇ ਹੋ ਤੁਸੀਂ ਇਹ ਚ ਮੈਂ ਇਹਦੇ ਚ ਸਾਲ ਨਹੀਂ ਬਣਾਉਣਾ ਹੋਰ ਇਹਦੇ ਚ ਮਕਾਨ ਬਣਾਉਣਾ ਪਿਆ ਮੈਂ ਦੇਖ ਹਾਏ ਰੱਬਾ ਆਰਡਰ ਕਿਹਦੀ ਸ਼ਾਇਦ ਆਇਆ ਵਾ ਆਰਡਰ ਇਦਾਂ ਹੀ ਆਇਆ ਵਾ ਜਿੱਦਾਂ ਤੇਰੇ ਭਾਈ ਨੇ ਨਹੀਂ ਆਰਡਰ ਕੀਤਾ ਇਹ ਉਂਤਰੇ ਤੇਰਾ ਭਾਈ ਨਾ ਮੇਰਾ ਨਹੀਂ ਆਹੋ ਮੇਰੇ ਭਾਈ ਨੇ ਨਹੀਂ ਤੈਨੂੰ ਕਿਹਾ ਕਿ ਮੈਂ ਦੇਖਦੀ ਸ਼ਾਇ ਖਾਣੀ ਆ ਆਹੋ ਇਦਾਂ ਹੀ ਕਿਸੇ ਹੋਰ ਭਾਈ ਨੇ ਕਿਹਾ ਵਾ ਕਿ ਮੈਂ ਵੀ ਦੇਖ ਖਾਣੀ ਆ ਪਰ ਉਹ ਮਰ ਗਿਆ ਇਹ ਉਹਦੀ ਫੌਤਗੀ ਦਾ ਸਾਲਣ ਇਹ ਵੀ ਯਾਦ ਰੱਖ ਆਵੇ ਥੱਲੇ ਲੱਗ ਗਈ ਸਾਲਣ ਵੀ ਮਾੜੇ ਸ਼ਕਲ ਤੇ ਵਿਖਾ ਦੇ ਕਿਹਦੀ ਓਏ ਉਹ ਦੇਖ ਦੀ ਸਾਲਣ ਦੀ ਕਹਿੰਦਾ ਦਿਖਾ ਦਿੰਨੇ ਮੈਂ ਕਿਹੜਾ ਦੇਖ ਦਫਨਾ ਦੇਣੀ ਹੈ ਬਾਅਦ ਚ ਤੈਨੂੰ ਸ਼ਕਲ ਨਹੀਂ ਦਿਖਣੀ ਹੈ ਨਹੀਂ ਮੈਂ ਕਿ ਰੰਗ ਰੂਪ ਵੀ ਤੇ ਹੋਣਾ ਚਾਹੀਦਾ ਨਾ ਰੰਗ ਰੂਪ ਤੂੰ ਕਿਹੜਾ ਵਿਆਹਣੀ ਆ ਦੇਖ ਕਿਤੇ ਰੰਗ ਰੂਪ ਦੇਖਣਾ ਤੂੰ ਹਾਏ ਹਾਏ ਸਾਲਣ ਦਾ ਰੰਗ ਰੂਪ ਹੋਵੇ ਤੇ ਬਹੁਤਾ ਸਵਾਦ ਆਂਦਾ ਵਾ ਇਹ ਸਾਰੀਆਂ ਸ਼ੈਵਾਂ ਤੈਨੂੰ ਪਤਾ ਹਾਂ ਤੈਨੂੰ ਪਤਾ ਤੇਰੇ ਭਾਈ ਨੇ ਕਹਿੰਦੇ ਤੇਕੋ ਤੇ ਬਹੁਤ ਦਿਮਾਗ ਆ ਤੇਕੋ ਦਿਮਾਗ ਹਾਂ ਤੁਹਾਡੇ ਘਰ ਚੁੱਲਾ ਨਹੀਂ ਹੈ ਹੈਗਾ ਵਾ ਤੇ ਉੱਤੇ ਪਕਾ ਕੇ ਉਹਨੂੰ ਖਵਾ ਮੇਰਾ ਕਿਉਂ ਦਿਮਾਗ ਖਾਣੀ ਪਈ ਆ ਮੇਕੋ ਨਹੀਂ ਇੰਨਾ ਦਿਮਾਗ ਹੈ ਕਿ ਮੈਂ ਤੈਨੂੰ ਖਵਾਵਾਂ ਮੇਰੇ ਬਾਈ ਦੇਗਾ ਦਾ ਆਰਡਰ ਦੇਣਾ ਵਾ ਬਾਜੀ ਬਾਈ ਦੇਗਾ ਦਾ ਆਰਡਰ ਦੇਂਗੀ ਤੇ ਦੇਣਾ ਵਾ ਤੂੰ ਹਾਂ ਚੱਲ ਹੋਰ ਵੀਰੇ ਹਲਵਾ ਬਣਾ ਲੈਂਦੇ ਆ ਹਾਂਜੀ ਭਾਜੀ ਬਣਾ ਲੈਨੇ ਆ ਤੁਹਾਨੂੰ ਮੈਂ ਸਭ ਤੋਂ ਪਹਿਲੇ ਇਹ ਦੱਸਿਆ ਸੀ ਹਲਵਾ ਬਣਾਉਨੇ ਆ ਸੀ ਮਿੱਠੇ ਚ ਕੀੜਾ ਕੀੜਾ ਹਲਵਾ ਕੀੜਾ ਕੀੜਾ ਹੁੰਦਾ ਵਾ ਹਲਵਾ ਇੱਕੋ ਹੀ ਹੁੰਦਾ ਵਾ ਚਿੱਟਾ ਵੀ ਹੁੰਦਾ ਗੁਲਾਬੀ ਵੀ ਹੁੰਦਾ ਪਰ ਹੁੰਦਾ ਹਲਵਾ ਹੀ ਨਹੀਂ ਕੀੜ ਕੀੜੀ ਕੀੜੀ ਸ਼ਾਇਦ ਆ ਬਣਾ ਲੈਂਦੇ ਹੋ ਸੂਜੀ ਪਾਉਨੇ ਆ ਉਹਦੇ ਚ ਘਿਓ ਪਾਉਨੇ ਆ ਚੀਨੀ ਪਾਉਨੇ ਆ ਮੇਰੀ ਭੈਣ ਸੌਗੀ ਪਾਉਨੇ ਆ ਗਿਰੀ ਪਾਉਨੇ ਆ ਬਦਾਮ ਪਾਉਨੇ ਆ ਉਹਦੇ ਚ ਤੁਹਾਨੂੰ ਕੱਦੂ ਦਾ ਹਲਵਾ ਨਹੀਂ ਆਂਦਾ ਬਣਾਉਣਾ ਨਹੀਂ ਬਾਜੀ ਮੈਂ ਕਿਹੜਾ ਵਿਆਹ ਆਇਆ ਇੱਥੇ ਕਿ ਮੈਂ ਔਰਤਾਂ ਦੇ ਇੱਥੇ ਸਾਰੇ ਐਕਸਪੈਰੀਮੈਂਟ ਕਰੀ ਜੋ ਦੁਨੀਆਦਾਰੀ 'ਚ ਚੱਲਦਾ ਸੀ ਸਭ ਕੁਝ ਬਣਾਉਂਦੇ ਤੁਸੀਂ ਦੱਸੋ ਕੀ ਬਣਵਾਉਣਾ ਮੈਂ ਮੂਲੀ ਦਾ ਹਲਵਾ ਬਣਵਾਉਣਾ ਸੀ ਮੂਲੀ ਦਾ ਪਰਾਠਾ ਹੁੰਦਾ ਵਾ ਨਹੀਂ ਉਹ ਨਾ ਮੈਂ ਤੈਨੂੰ ਕਿਹਾ ਨਾ ਤੇਰੇ ਭਾਈ ਨਾਲ ਅਨੋਖੀ ਡਿਸ਼ਾਂ ਖਾਂਦੇ ਕਹਿੰਦੇ ਗਾਜਰ ਦਾ ਹਲਵਾ ਨਹੀਂ ਗਾਜਰ ਦੀ ਜਗ੍ਹਾ ਤੇ ਤੂੰ ਸਬਜ਼ੀ ਬਦਲ ਮੈਂ ਕਿਹਾ ਮੈਂ ਮੂਲੀ ਦਾ ਬਣਵਾ ਲੈਂਦੀ ਹਾਂ ਹਲਵਾ ਫੇਰ ਕੀ ਆ ਮੇਰੇ ਸਰਤਾਜ ਨੇ ਕਿਹਾ ਵਾ ਤੇ ਸਰਤਾਜ ਨੂੰ ਕਹਿ ਕਿਸੇ ਮਿੱਠੇ ਸਬਜ਼ੀ ਦਾ ਨਾਂ ਲੈ ਲਵੇ ਵੇਖ ਕਿਸੇ ਹੋਰ ਦਾ ਬਣਾ ਲਾ ਤੂੰ ਹਲਵਾ ਤੂੰ ਜ਼ਰੂਰ ਮੂਲੀ ਦਾ ਬਣਾਉਣਾ ਵਾ ਫਿਰ ਪੂਰੇ ਘਰ 'ਚ ਗੈਸ ਫੈਲੀ ਹੋਵੇ ਤੇਰੇ 'ਚ ਕੀ ਹੋ ਗਿਆ ਸਿਲੰਡਰਾਂ ਦਾ ਕੰਮ ਤੁਹਾਡਾ ਤੁਹਾਡੇ ਘਰ ਗੈਸ ਨਹੀਂ ਆਉਂਦੀ ਆਉਂਦੀ ਆ ਤੇ ਫਿਰ ਮੂਲੀ ਦੀ ਕਾਹਦੀ ਇਸਤੇਮਾਲ ਕਰਨਾ ਤੁਸੀਂ ਸਰਦੀਆਂ 'ਚ ਘੱਟ ਆਉਂਦੀ ਆ ਨਾ ਇਸ ਕਰਕੇ ਇਸ ਵਜ੍ਹਾ ਤੋਂ ਉਸ ਗੈਸ ਨੂੰ ਅੱਗ ਨਹੀਂ ਲੱਗਦੀ ਮੇਰੀ ਭੈਣ ਉਹਦੇ ਨਾਲ ਦਿਮਾਗ ਨੂੰ ਤੇ ਨੱਕ ਨੂੰ ਅੱਗ ਲੱਗਦੀ ਆ ਅੱਛਾ ਹਾਂਜੀ ਤੂੰ ਤੇ ਇਦਾਂ ਤੇਰੇ ਘਰ ਐਟਮੀ ਧਮਾਕਾ ਹੋਣਾ ਵਾ ਮੂਲੀ ਦਾ ਹਲਵਾ ਬਣਵਾ ਲਿਆ ਤੇ ਅੱਛਾ ਵੀ ਨਹੀਂ ਦੱਸੋ ਤੁਸੀਂ ਖੋਇਆ ਖੋਇਆ ਤੇ ਪਾਉਂਦੇ ਹਲਵੇ 'ਚ ਹਾਂਜੀ ਭਾਜੀ ਖੋਇਆ ਵੀ ਪਾ ਲਈਦਾ ਵਾ ਜੇ ਅਗਲਾ ਲਿਆ ਕੇ ਦੇਵੇ ਜੇ ਤੇ ਸਾਰਾ ਸਮਾਨ ਤੂੰ ਲਿਆਉਣਾ ਨਾ ਫਿਰ ਤੂੰ ਜਿਹੜੀ ਜਿਹੜੀ ਸ਼ੈ ਸਾਨੂੰ ਪ੍ਰੋਵਾਈਡ ਕਰੇਂਗੇ ਅਸੀਂ ਬਣਾ ਦਾਂਗੇ ਇੱਥੇ ਦੇ ਤੇ ਜੇ ਅਸੀਂ ਆਪ ਲਿਆਉਣਾ ਵਾ ਫਿਰ ਉਹ ਤੂੰ ਸਾਨੂੰ ਲਿਖਾਇਆ ਕਿ ਕਿਹੜੀ ਕਿਹੜੀ ਸ਼ੈ ਕਿਹੜੀ ਕਿਹੜੀ ਦੇਗ 'ਚ ਪਾਉਣੀ ਆ ਨਾ ਉਹ ਫਿਰ ਮੈਂ ਅਸੀਂ ਲਿਆਵਾਂਗੇ ਤੇ ਅਸੀਂ ਬਣਾ ਦਾਂਗੇ ਅੱਛਾ ਹਲਵੇ 'ਚ ਚੋਲਾਂ 'ਚ ਤੁਸੀਂ ਬਦਾਮ ਗਿਰੀਆਂ ਆ ਸ਼ੈਵਾਂ ਤੇ ਪਾਉਂਦੇ ਹੋ ਨਾ ਸੋਗੀ ਸੁਗੀ ਹਾਂਜੀ ਅੱਛਾ ਤੇ ਤੁਸੀਂ ਹਲਵਾ ਅਗਰ ਬਣਵਾਣਾ ਹੋਏ 15 ਕ ਕਿਲੋ ਦੀ ਕੜਾਈ ਦੇ ਵਿੱਚ ਹਾਂਜੀ ਤੇ ਕਿੰਨੇ ਕ ਬਦਾਮ ਸੋਗੀ ਤੇ ਨਾਰੀਅਲ ਪੈ ਜਾਏਗਾ ਬਾਜੀ ਉਹੀ ਮੈਂ ਤੁਹਾਨੂੰ ਅੱਗੇ ਦੱਸਿਆ ਵਾ ਕਿ ਹਸਬੇ ਜ਼ਾਇਕਾ ਅਸੀਂ ਪਾਉਨੇ ਆ ਉਸ ਤੋਂ ਵੱਧ ਜਿਹੜਾ ਪਾਉਣਾ ਹੋਵੇ ਕਿਸੇ ਨੇ ਉਹ ਫਿਰ ਆਪਣੀ ਇਸਤਤਾਤ ਆਪਣੀ ਜੇਬ ਦੇ ਮੁਤਾਬਕ ਪਾਉਣਾ ਤੂੰ ਤੇ ਪਹਿਲੇ ਹਲਵਾ ਨਹੀਂ ਪਵਾਉਂਦੇ ਕੜਾਈ 'ਚ ਤੂੰ ਬਦਾਮ ਕੀ ਪਾਉਣੇ ਹਾਂ ਤੇਰੇ ਭਾਈ ਨੂੰ ਤੇ ਕਹਿੰਦੇ ਹਲਵਾ ਘੱਟ ਤੇ ਬਦਾਮ ਬਹੁਤੇ ਹੋਣ ਇੰਜ ਤੇ ਮੇਵੇ ਬਹੁਤੇ ਹੋਣ ਨਾ ਮੈਂ ਸੱਚ ਪੁੱਛ ਰਹੀ ਹਾਂ
तू जिस वास्ते भी पूछ रही है तू ना मेनु अपने मेरे भाए ना मिलाना वा तेरी मेहरबानी है मिलके की करना मैं जो ऑर्डर लिखा रही हां मैं ओदे मुंह चो देग वाला जायका खोना वा के अगे तू मेरे को ना आवे तू मेनु भेणे कुछ लिखौनी नहीं पई मेरे भाई देगा दा ऑर्डर देना वा देना ते है वा जे तू देगी फिर मैं लिखूंगा फिर मैं तेरी इन्नी इज्जत करूंगा तेनू बोतल पियाऊं चाह पियाऊंगा मैं अपने भाण वास्ते दुआ करूंगा कि ओनू देखदा ना भूल जावे जे ते तू ऑर्डर देता ते फिर मेहरबानी है तेरी तू सानू दस की करनी अच्छा एक गल मेरे ज़हन च आई वीर दसी जरा तुसी ते देगा दुगा बनांदे हो आ जेड़ा अजय देगन आ ए भी देगा बनांदा वा ओयो देवगन देगगन नहीं ले दस की पागल होया पूरा कर ਦਸੂਗੀ ਮੈਂ ਅੱਜ ਤੱਕ ਇਹੀ ਸਮਝਦੀ ਰਹੀ ਮੈਂ ਕਿ ਦੇਗਾ ਬਣਾਉਂਦਾ ਹਣਾ ਕਿਉਂ ਤੂੰ ਉਹਦੇ ਹੱਥੋਂ ਮਿੱਠੇ ਚੌਲ ਖਾ ਬੈਠੀ ਨਹੀਂ ਨਾਮ ਤੇ ਦੇਖ ਤੂੰ ਦੇ ਦੋ ਜਦੋਂ ਉਹਦੇ ਨਾਂ ਨਾਲ ਰਾਜਾ ਲੱਗਦਾ ਕਿਹੜੀ ਵਿਆਹ ਸ਼ਾਦੀ ਤੇ ਦੇਗ ਪਕਾਉਂਦੇ ਆ ਦੇਖ ਲਿਆ ਤੂੰ ਉਹਨੂੰ ਅਜੇ ਨਾਮ ਤੋਂ ਖਿਆ ਵਾ ਉਹ ਕਿਹੜੇ ਨਾਮ ਤੋਂ ਅਜੇ ਅਜੇ ਚ ਕਿੱਥੇ ਦੇਗ ਆਉਂਦੇ ਹੀ ਆ ਦੱਸ ਆ ਦੇਗ ਬਣਾਉਂਦਾ ਨਹੀਂ ਉਹ ਦੇਵ ਅੱਛਾ ਦੇਵ ਆ ਨਾਮ ਅੱਛਾ ਕੀ ਨਾਮ ਹੈ ਤੇਰਾ ਕਿਉਂ ਦੱਸਾਂ ਮੈਂ ਮੇਰਾ ਤੇ ਬਹੁਤ ਵਧੀਆ ਨਾਮ ਆ मतलब हुंदा कि अगले दे नां तों तुसीं जज करो काम की करदा अच्छा चल तू ऑर्डर लिख ऑर्डर ऑर्डर लिखा पेंसिल मेनू गाला कड़न लग पई है कि बेटे मेनू बंद कर दे इन्हें कुछ नहीं लिखाना अच्छा तू ना एक लिख ले कढ़ाई दा ऑर्डर एक कढ़ाई गोश्त ओदे च केड़ा पाणा वड्डा के छोटा या वड्डा छोटा की हुंदा वड्डा गोश्त मसलन के जेड़ा कटे दा हुंदा वा छोटा गोश्त बकरे दा हुंदा अच्छा ते फिर कुकड़ी दे गोश्त नु की कहंदे होणे आ मुर्गी दा गोश्त ਉਹਦੇ ਵਿੱਚ ਕੁਛ ਨਹੀਂ ਆਂਦਾ ਉਹਦੇ ਵਿੱਚ ਕੜਾਈ ਜੀ ਪੈ ਜਾਂਦਾ ਵਾ ਤੁਸੀਂ ਜਿਹੜਾ ਮਰਜ਼ੀ ਪਵਾ ਦਿਓ ਤੁਸੀਂ ਭਾਵੇਂ ਆਪਣੇ ਭਾਣ ਦਾ ਗੋਸ਼ਤ ਪਵਾ ਦਿਓ ਵੇ ਤੇਰੇ ਭਾਣ ਆਹੋ ਮੇਰੇ ਭਾਣ ਦਾ ਪਵਾ ਦਿਓ ਇੱਕ ਕੜਾਈ ਹੋ ਗਈ ਮੇਰੀ ਭੈਣ ਹਾਂ ਇੱਕ ਆਰਡਰ ਲਿਖ ਲਵੋ ਤੁਸੀਂ ਹਲਵੇ ਦਾ ਇੱਕ ਹਲਵੇ ਦੀ ਕੜਾਈ ਆਹੋ ਤੇ ਇੱਕ ਤੁਸੀਂ ਲਿਖ ਲਓ ਬਰਿਆਨੀ ਦਾ ਆਰਡਰ ਬਰਿਆਨੀ ਕਿਸ ਕਿਸਮ ਦੀ ਬਾਜੀ ਸਪਾਈਸੀ ਨਾਰਮਲ ਮੀਡੀਅਮ ਕਿਦਾਂ ਦੀ ਸਪਾਈਸੀ ਜੀ ਬਣਾਣੀ ਆ ਤੇਰੇ ਪੰਜ ਟਖੋਰੇ ਜੇ ਆ ਟਖੋਰੇ ਜੇ ਆਹੋ ਵੇ ਸਪਾਈਸੀ ਸ਼ੈਵਾ ਖਾਂਦੇ ਆ ਅੱਛਾ ਅੱਛਾ ਮੈਂ ਕਹ ਪਤਾ ਨਹੀਂ ਉਹ ਜਿਹੜੇ ਦਰਮਿਆਨੀ ਕੌਮ ਆ ਉਹ ਤੇ ਨਹੀਂ ਉਹ ਜ਼ਬਾਨ ਦੇ ਚਟਖੋਰੇ ਆ ਕਰਦਾਰ ਦੇ ਨਹੀਂ ਅੱਛਾ ਜੀ ਹਾਂ ਭਾਣੇ ਫੇ ਵਾਲ ਵੀ ਰੱਖੇ ਹੋਣੇ ਆ ਜ਼ਰਾ ਨਹੀਂ ਨਹੀਂ ਰੱਖੇ ਸੀ ਕਟਾ ਦਿੱਤੇ ਮੈਂ ਨੱਕ ਬਣਾਇਆ ਭਾਣੇ ਹਲੇ ਨਹੀਂ ਮੈਨੂੰ ਕਹਿੰਦੇ ਸੀ ਮੈਂ ਕਿ ਹਲੇ ਨਹੀਂ ਲੋੜ ਹੈਗੀ ਤੁਹਾਨੂੰ ਲੈ ਹਲੇ ਨਹੀਂ ਉਹ ਐਡਾ ਬੁਹੀਮੀਆ ਨੱਕ ਬਣਾਉਣਾ ਉਹਨੇ ਅੱਛਾ ਚੱਲ ਆਰਡਰ ਲਿਖ ਨਾ ਆਰਡਰ ਲਿਖਾਓ ਬਰਿਆਨੀ ਹੋ ਗਈ ਇੱਕ ਇੱਕ ਹਲਵੇ ਦੀ ਦੇਗ ਹਲਵੇ ਦੀ ਕੜਾਈ ਹੋ ਗਈ ਬਲਕਿ ਦੇਗ 'ਚ ਨਹੀਂ ਹੁੰਦਾ ਇਹ ਯਾਦ ਰੱਖੀ ਹਾਂ ਕੜਾਈ 'ਚ ਬੰਦਾ ਹਲਵਾ ਨਾ ਹਲਵਾ ਉਸ ਤੋਂ ਅੱਗੇ ਬਾਜੀ ਇਹ ਤਿੰਨ ਦੇਗਾਂ ਹੋਈਆਂ 19 ਪਈਆਂ ਹੋਈਆਂ ਅੱਛਾ ਤੇ ਭਾਈ ਨੇ ਅੱਜ ਹੀ ਖਾਣਾ ਵਾ ਸਾਰਾ ਸਮਾਨ ਹਾਂ ਨਹੀਂ ਆ ਐਟਮਾਂ ਨਾ ਆਪਾਂ ਨੇ ਥੋੜੀ ਨਾ ਇੱਕ ਇੱਕ ਦੇਗ ਬਣਵਾਉਣੀ ਹੈ ਨਾ ਦੋ ਦੋ ਦੇਗਾਂ 'ਚ ਤਿੰਨ ਤਿੰਨ ਦੇਗਾਂ 'ਚ ਬਣਾ ਲਾਂਗੇ ਇੱਕ ਇੱਕ ਐਟਮ ਓਕੇ 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 ਆਹੋ ਤੇ ਇੰਜ ਕਰੋ ਕਿ ਹਲੀਮ ਦਾ ਆਰਡਰ ਲਿਖ ਲਓ ਹਲੀਮ ਹੋ ਗਿਆ ਜੀ ਹਲੀਮ ਹੋ ਗਿਆ ਚਾਰ ਚੀਜ਼ਾਂ ਹੋ ਗਈਆਂ ਭੈਣੇ ਠੀਕ ਆ ਤੇ ਬਾਕੀ ਜੇ ਮੇਰੇ ਜ਼ਹਿਨ 'ਚ ਆਊਗੀ ਨਾ ਮੈਂ ਦੱਸ ਦੇਵਾਂਗੀ ਆਹੀ ਤੁਸੀਂ ਕਰ ਦਿਓ ਕਿਉਂਕਿ ਇਹਨਾਂ ਚੀਜ਼ਾਂ ਦਾ ਨਾ ਮੈਂ ਆਹ ਦਿਸ਼ਾ ਦਾ ਮਤਲਬ ਕਿ ਮੈਂ ਸਾਰਾ ਸਮਾਨ ਲੈ ਕੇ ਰੱਖ ਕੇ ਆਈ ਹਾਂ ਲੈ ਕੇ ਰੱਖ ਕੇ ਵੀ ਆ ਗਏ ਆਹੋ ਤੇ ਉਹ ਘਰ ਨਹੀਂ ਬਣਾਉਣੀਆਂ ਮੈਂ ਇੱਥੇ ਬਣਾਉਣੀਆਂ ਇੱਥੇ ਰਖਾਓ ਵੀਰੇ ਮੈਂ ਇੱਥੇ ਭਿਜਵਾ ਦਿੰਦੀ ਟੈਨਸ਼ਨ ਨਹੀਂ ਲੈਣੀ ਹੈ ਮੈਂ ਫਿਰ ਆਪਣਾ ਸਮਾਨ ਚੁੱਕ ਲਵਾਂ ਇਥੋਂ ਆਹ ਤੁਹਾਡੇ ਕੋਲ ਕਿਹੜੀ ਕਿਹੜੀ ਸ਼ੈ ਪੂਰੀ ਹੈ ਨਾ ਆਹਾ ਮਸਾਲੇ ਚੀਜ਼ਾਂ ਦਾ ਕੀ ਕਰਦੇ ਤੁਸੀਂ ਵੈਸੇ ਕਹਿੰਦੇ ਇਹਨਾਂ ਦਾ ਮਸਾਜ ਕਰਦੇ ਆ ਦੇਖ ਜੀ ਪਾਉਨੇ ਅੱਛਾ ਤੇ ਉਹ ਜਿਹੜਾ ਸਰਫ ਆ ਫੜੀ ਜਰਾ ਹਾਂ ਆ ਵੀ ਦੇਖ ਚ ਪਾਉਨੇ ਆ ਇਹ ਦੇਖ ਚ ਨਹੀਂ ਪਾਉਨੇ ਇਹਦੇ ਤੋਂ ਬਾਅਦ ਅਸੀਂ ਧੋਨੇ ਆ ਸਾਲਨ ਨੂੰ ਸਾਲਨ ਨੂੰ ਨਹੀਂ ਸਾਲਨ ਜਦੋਂ ਕੱਢਿਆ ਜਾਂਦਾ ਹੈ ਨਾ ਦੇਖ ਖਾਲੀ ਹੋ ਜਾਂਦੀ ਉਦੋਂ ਸਰਫ ਨਹੀਂ ਧੋਂਦੇ ਆ ਅੱਛਾ ਤੈਨੂੰ ਨਹੀਂ ਪਤਾ ਇਹਦੇ ਨਾਲ ਕੀ ਹੁੰਦਾ ਨਹੀਂ ਮੈਂ ਆਖਿਆ ਪਤਾ ਨਹੀਂ ਮਸਾਲਿਆਂ 'ਚ ਤੁਸੀਂ ਰੱਖਿਆ ਸੀ ਨਾ ਨਹੀਂ ਨਹੀਂ ਹੁਣ ਇੱਥੇ ਹੀ ਰੱਖਣਾ ਵਾ ਇਹਦੇ ਨਾਲ ਮੈਦਾ ਵੀ ਵਾਸ਼ ਹੋ ਜਾਂਦਾ ਕਰਨਾ ਤੇ ਦੱਸ ਨਹੀਂ ਤੈਨੂੰ ਲੋੜ ਆ ਵੀਰੇ ਮੰਗਦੇ ਵੀ ਹੋ ਤੁਸੀਂ ਕਿਉਂ ਇਹਦੇ ਵਿੱਚ ਬਾਂਦਰ ਦੇਖ ਲਿਆ ਮੰਗਦੇ ਵੀ ਹੋ ਤੁਸੀਂ ਮੇਰੀ ਲੱਤ ਟੁੱਟੀ ਦੇਖ ਲਈ ਤੂੰ ਨਹੀਂ ਆ ਦੇਖ ਕੰਜਦਾਰ ਖੈਰ ਚ ਕੀ ਕਰਦੇ ਹੁਣ ਇਹਦੇ 'ਚ ਪਾਣੀ ਪਾਈਦਾ ਦੇਖ ਜੇ ਇਹਦੇ ਨਾਲ ਹੈ
ਇਹ ਬਮਾਨਾ ਵਾ ਪਾਣੀ ਦਾ ਅੱਛਾ ਮੈਂ ਕਿ ਪਤਨੇ ਹੋ ਰੇ ਜੁਮੇ ਰਾਤ ਨੂੰ ਦਿਹਾੜੀ ਵੀ ਲਾਉਂਦੇ ਤੇ ਆ ਛੁਰੀ ਤੁਸੀਂ ਐਡੀ ਨਿੱਕੀ ਕਿਉਂ ਰੱਖੀ ਆ ਇਹ ਪਾਲ ਪੋਸ ਕੇ ਵੱਡੀ ਕਰਨੀ ਆ ਬਾਜੀ ਇਹ ਛੇਤੀ ਹੱਥ ਚੱਲਦਾ ਵਾ ਇਸ ਤੋਂ ਰੱਖੀ ਆ ਚਲਾ ਕੇ ਦੇਖਾਂ ਨਹੀਂ ਤੁਸੀਂ ਕਿੰਨਾ ਪਿਆਜ਼ ਪਿਊਜ਼ ਵੱਢਦੇ ਹੋ ਨਹੀਂ ਇਹਨਾਂ ਗਲੇ ਵੱਡੀ ਦੇ ਆ ਪਿਆਜ਼ ਪਿਊਜ਼ ਹੀ ਵੱਢਣਾ ਜੋ ਦੇਖ ਚ ਪੈਣਾ ਉਹ ਹੀ ਵੱਢਣਾ ਇਹਦੇ ਨਾਲ ਵੀਰੇ ਇੰਨਾ ਕੀ ਸੂਪ ਪੀਂਦੇ ਤੁਸੀਂ ਕਿਦਾਂ ਦੀਆਂ ਬਾਜੀ ਇਹਦੇ ਨਾਲ ਅਸੀਂ ਸਾਲਣ ਉਹਦਾ ਪਰਾਂ ਕਰੀਦਾ ਵਾ ਦੇਖ ਦੇ ਵਿੱਚ ਅੱਛਾ ਆਹਵਾ ਆਰੀ ਹਾਏ ਹਾਏ ਨਹੀਂ ਉਹ ਸੂਪ ਹੀ ਨਾਲ ਇੰਜ ਦੇ ਚਮਚ ਹੁੰਦੇ ਆ ਨਾ ਡੂੰਗੇ ਡੂੰਗੇ ਓਏ ਉਹ ਤੇ ਨਿੱਕੇ ਹੀ ਹੁੰਦੇ ਆ ਭਾਂ ਦਾ ਮੂੰਹ ਇਹਦਾ ਇਹਦੇ ਜਿਹੜਾ ਹੈ ਨਹੀਂ ਵੱਡਾ ਵਾ ਉਹਨਾਂ ਦਾ ਮੂੰਹ ਆ ਛੋਟਾ ਵਾ ਬਾਜੀ ਇਹਦਾ ਫਾਇਦਾ ਬੜਾ ਸੀ ਇਹਦੇ ਚ ਦੇਖ ਕੇ ਸਿਰ ਵੀ ਮਾਰੇਗੀ ਬਾਜੀ ਆਹੀ ਆ ਚਾਰ ਆਈਟਮਾਂ ਕਰਨੀਆਂ 22 ਦੇਗਾਂ ਚ ਹਾਂ ਓਕੇ ਓਕੇ ਇਹ ਹੁਣ ਸਾਲਨ ਤੇ ਦਿਖਾ ਦੇ ਤੂੰ ਮੂੰਹ ਦਿਖਾਈ ਦੇਣੀ ਆ ਸਾਲਨ ਨੂੰ ਹਾਏ ਹਾਏ ਸ਼ਕਲ ਸੁਣ ਤੂੰ ਸੋਹਣਾ ਹੋਣਾ ਚਾਹੀਦਾ ਨਾ ਉਹ ਮੈਂ ਥੱਲੋਂ ਵਾਲ ਬੰਦ ਕਰਵਾਤਾ ਸੀ ਪਿੱਛੋਂ ਉਹ ਨਹੀਂ ਬਣਿਆ ਹਜੇ ਅਜੇ ਸਿਰ ਮਸਾਲਾ ਵਾ ਦੇਖਣ ਤੇ ਦੇ ਆਇਆ ਦੇਖ ਲਾ ਤੂੰ ਨਾ ਕਰ ਜਾ ਕੇ ਰੋਣ ਲੱਪੇ ਨਾ ਵੱਟਿਆਂ ਨਾਲ ਕੀ ਕਰਦੇ ਆ ਤੁਸੀਂ ਇਹ ਬਾਜੀ ਵੱਟਿਆਂ ਨਾਲ ਨਿਸ਼ਾਨੇ ਮਾਰੀ ਦੇ ਆ ਇਹਨਾਂ ਸਮਾਨ ਤੋਲੀ ਦਾ ਵਾ ਫੇਰ ਹੀ ਪਾਉਣਾ ਵਾ ਦੇਖ ਚ ਅੱਛਾ ਆ ਦੇਖ ਲਾ ਦੇਖ ਲਾ ਦੇਖ ਲਾ ਸੋਹਣਾ ਰੰਗ ਰੂਪ ਆਂਦਾ ਨਾ ਹਾਂਜੀ ਬਾਜੀ ਆਖਰੀ ਟਾਈਮ ਤੇ ਰੰਗ ਰੂਪ ਹੀ ਆਉਂਦਾ ਹੁੰਦਾ ਵਾ ਹੁਣ ਮੁਰਗੇ ਦਾ ਆਖਰੀ ਟਾਈਮ ਅੱਛਾ ਅੱਛਾ ਹਾਂਜੀ ਲੈ ਮੇਰਾ ਸਾਲਨ ਥੱਲੇ ਲਵਾਤਾ ਤੂੰ ਭੈਣੇ ਸ਼ੁਕਰ ਹੈ ਉਹਨੇ ਟਾਈਮ ਨਾ ਬੰਦ ਕਰਤੀ ਜਿਸ ਦਾ ਤੜੀ ਦਾ ਲਾਲ ਲਾਲ ਰੰਗ ਆਇਆ ਜੇ ਆਪਾਂ ਨੇ ਕਾਲਾ ਕਰਨਾ ਹੋਵੇ ਫੇਰ ਕੀ ਹੋ ਰਹਿਣ ਦਾਂਗੇ ਮੋਬਲੈਲ ਪਾ ਦਾਂਗੇ ਵਿੱਚ ਉਹਨਾਂ ਸਵਾਦ ਵਧੀਆ ਆਂਦਾ ਵਾ ਬਹੁਤ ਆਲਾ ਸਵਾਦ ਤੁਹਾਡੇ ਭੈਣ ਦੀ ਐਵਰੇਜ ਸਹੀ ਆਏਗੀ ਤੂੰ ਮੋਬਲੈਲ ਹੀ ਪਾ ਦੇ ਫੇਰ ਹੈ ਠੀਕ ਹੈ ਆਹ ਇਹ ਸਵਾਦ ਦੀ ਬਣ ਜੇ ਪਤਾ ਕੀ ਤੇਰੇ ਭੈਣ ਤੇ ਕਹਿੰਦੇ ਆ ਕਿ ਮੈਨੂੰ ਨਾ ਜ਼ਰਾ ਥੋੜਾ ਮੁਖਤਲਿਫ ਕਿਸਮ ਦੀ ਡਿਸ਼ਾ ਖਵਾਦ ਮੈਂ ਸੋਚ ਮੁਖਤਲਿਫ ਕਿਸਮ ਦੇ ਆ ਉਹਨੂੰ ਦੇਖ ਲਾ ਬਾਜਰਾ ਪਾ ਕੇ ਦੇਖ ਲਾ ਮੁਖਤਲਿਫ ਕਿਸਮ ਹੀ ਆ ਪੱਠੇ ਖਵਾ ਦੇ ਦੇਖ ਦਾ ਹੀ ਖਾਣਾ ਉਹਨਾਂ ਨੇ ਤੂੰ ਬਾਜਰਾ ਬਣਾ ਦੇ ਉਹ ਵੀ ਖਾ ਲੈਣਗੇ ਭੈਣੇ ਕੀ ਆ ਦੇਖ ਦਾ ਉਹਨੇ ਖਾਣਾ ਕਿਸੇ ਫੌਤਗੀ ਤੇ ਲੈ ਜਾ ਉਹਨੂੰ ਅੱਛਾ ਚੱਲ ਮੈਂ ਨਾ ਹੁਣ ਤੈਨੂੰ ਸਮਾਨ ਸਾਰਾ ਅੱਗੇ ਲਿਖਵਾ ਦਾਂ ਕਿ ਇੰਨੇ ਇੰਨਾ ਸਮਾਨ ਹੀ ਇੱਕ ਵੀ ਸ਼ੈ ਗਵਾਚਣੀ ਨਹੀਂ ਹੈ ਚਾਹੀਦੀ ਮੇਰੇ ਵੀਰੇ ਨਹੀਂ ਨਹੀਂ ਗਵਾਚ ਹਾਂ ਪੂਰੀ ਪੂਰੀ ਸ਼ੈ ਲੈ ਦੇਗਾ 'ਚ ਰੱਖ ਰੱਖ ਕੇ ਪਕਾਣੀ ਹੈ ਠੀਕ ਆ ਹਾਂ ਚੱਲ ਨੋਟ ਕਰ ਲੈ ਹੁਣ ਹੈ ਕਰਾ ਇੱਕ ਤੇ ਜਿਹੜੀ ਕੜਾਈ ਬਣਾਣੀ ਆ ਨਾ ਹਾਂਜੀ ਤੇ ਤੁਹਾਡੇ ਕੋਲ ਅਸੀਂ ਕਿਹਦੀ ਕੜਾਈ ਆ ਕੜਾਈ ਕਿਹੜੀ ਹੁੰਦੀ ਆ ਇੱਕ ਕੁੰਡੇ ਵਾਲੀ ਦੋ ਕੁੰਡੇ ਵਾਲੀ ਕਿਉਂ ਤੂੰ ਕੁੰਡਾ ਲਾਉਣਾ ਉਹਨੂੰ ਤਾਲਾ ਲਾਉਣਾ ਕੁੰਡੇ ਨੂੰ ਨਹੀਂ ਵੈਸੇ ਪੁੱਛ ਰਹੀ ਆ ਕੜਾਈ ਦੋ ਕੁੰਡਿਆਂ ਵਾਲੀ ਹੁੰਦੀ ਆ ਦੱਸ ਐ ਕਿਹੜੀ ਟੁੰਡੀ ਕੜਾਈ ਤੂੰ ਕਹਿਣ ਨਹੀਂ ਇੱਕ ਕੁੰਡੇ ਵਾਲੀ ਅੱਛਾ ਚੱਲ ਵੀਰ ਲਿਖ ਲੈ ਤੂੰ ਨਾ ਪੂਰਾ ਜਿਹੜਾ ਪਾਈਆ ਗੋਸ਼ਤ ਆ ਨਾ ਤੂੰ ਉਹ ਮੈਂ ਸਿਰ ਤੋਂ ਵਾਰ ਕੇ ਸੁੱਟਦਾ ਨਹੀਂ ਨਹੀਂ ਹਾਂ ਹਾਏ ਹਾਏ ਉਹਰੇ ਚ ਦੇਗਾ ਬਣਾਣੀਆਂ ਵਾ ਪਾਈਆ ਗੋਸ਼ਤ ਦੀਆਂ ਹਾਂ ਪੂਰੀਆਂ ਪੰਜ ਬੋਟੀਆਂ ਚੜੀਆਂ ਇੱਕ ਇੱਕ ਬੋਟੀ ਇੱਕ ਇੱਕ ਦੇਗ ਚ ਰੱਖ ਕੇ ਨਾ ਸੋਹਣੀ ਸਵਾਦ ਜਿਹੀ ਬਣਾ ਦੇਣੀ ਆ ਹੈ ਦੁਬਾਰਾ ਦੱਸੇ ਮੈਨੂੰ ਕਿੰਨੀਆਂ ਬੋਟੀਆਂ ਚੜੀਆਂ ਪੰਜ ਬੋਟੀਆਂ ਓ ਛੱਡ ਜਾ ਮੈਂ ਤੈਨੂੰ ਹਲੇ ਬਰਿਆਨੀ ਦਾ ਵੀ ਦੱਸ ਦਵਾਂ ਸੁਣਾ ਸੁਣਾ ਬਰਿਆਨੀ ਵਾਸਤੇ ਨਾ ਮੈਂ ਪੂਰੇ ਡੇਢ ਪਾ ਚਾਵਲ ਲੈ ਕੇ ਆਈ ਆ ਤੇ ਤੂੰ ਪਤਾ ਕੀ ਕਰਨਾ ਮੇਰੇ ਵੀਰ ਨੇ ਨਾ ਚਾਰ ਚਾਰ ਚਮਚ ਨਾ ਇੱਕ ਇੱਕ ਦੇਗ ਚ ਸਿੱਟਣੇ ਠੀਕ ਆ ਲਿੱਕੇ ਚਮਚ ਹੁੰਦੇ ਕਦੇ ਜ਼ਹਿਰ ਦੇ ਨਹੀਂ ਚੋਲਾਂ ਦੇ ਅੱਛਾ ਅੱਛਾ ਚੌਲਾਂ ਦੇ ਹਾਂ ਡੇਢ ਪਾ ਚਾਵਲ ਆਹੋ ਤੇ ਪਾਈਆ ਗੋਸ਼ਤ ਅੱਗੇ ਤੇ ਹਲਵਾ ਜਿਹੜਾ ਸੂਜੀ ਦਾ ਬਣਾਣਾ ਨਾ ਐਡੀ ਕਮਾਲ ਦੀ ਸੂਜੀ ਵੀਰੇ ਤੈਨੂੰ ਮੈਂ ਕੀ ਦੱਸਾਂ ਤੂੰ ਤੇ ਫੈਨ ਹੀ ਹੋ ਜਾਣਾ ਸੂਜੀ ਦਾ ਮੈਂ ਪੂਰਾ ਅੱਧਾ ਕੱਪ ਲੈ ਕੇ ਆਈ ਹਾਂ ਦੁਕਾਨ ਤੋਂ ਲੜ ਲੜ ਕੇ ਕਹਿੰਦਾ ਸੀ ਘੱਟ ਦੇਣੀ ਮੈਂ ਕਿਹਾ ਨਾ ਮੇਰੇ ਬੰਦੇ ਨੇ ਹਲਵਾ ਖਾਣਾ ਰੁਜੀ ਕਰਦਾ ਅੱਧਾ ਕੱਪ ਸੂਜੀ ਦਾ ਮੈਂ ਲੈ ਕੇ ਆਈ ਹਾਂ ਤੇ ਤੂੰ ਉਹ ਨਾ ਵਧੀਆ ਜਿਹੀ ਵੱਡੀ ਕੜਾਈ ਕੱਢ ਕੇ ਨਾ ਉਹਦੇ ਵਿੱਚ ਮਜ਼ੇਦਾਰ ਜਿਹਾ ਹਲਵਾ ਬਣਾ ਦੇਣਾ ਠੀਕ ਆ ਉਹ ਤੇ ਕਿਸੇ ਕੜਾਈ 'ਚ ਵੀ ਨਹੀਂ ਆਉਣੀ ਅੱਧਾ ਕੱਪ ਇੱਕ ਨਾਮ ਆ ਅੱਧਾ ਕੱਪ ਇੱਕ ਕੁਆਂਟਿਟੀ ਆ ਮੇਰੀ ਭੈਣ ਉਹ ਕਿਸੇ ਕੜਾਈ 'ਚ ਨਹੀਂ ਆਉਣੀ ਸਾਡੇ ਕੋਲ ਏਡੀ ਕੜਾਈ ਨਹੀਂ ਹੈਗੀ ਨਾ ਨਾ ਸਾਡੇ ਕੋਲ ਏਡੀ ਕੜਾਈ ਨਹੀਂ ਹੈ ਤੂੰ ਅੱਧਾ ਕੱਪ ਉਹਨੂੰ ਵਾਪਸ ਦੇ ਆ ਚੱਲ ਤੂੰ ਥੋੜਾ ਬਣਾ ਲਈ ਨਾ ਤੇ ਬਾਕੀ ਨਾ ਜਿਹੜੀ ਖੀਰ ਬਣਾਣੀ ਆ ਨਾ ਨਹੀਂ ਅਸੀਂ ਖੀਰ ਦਾ ਆਰਡਰ ਨਹੀਂ ਸੀ ਦਿੱਤਾ ਨਾ ਨਹੀਂ ਤੁਸੀਂ ਖੀਰ ਦਾ ਨਹੀਂ ਦਿੱਤੀ ਤੁਸੀਂ ਜਿਨ੍ਹਾਂ ਦਾ ਆਰਡਰ ਦਿੱਤਾ ਉਹ ਪਤਾ ਨਹੀਂ ਕਿੱਦਾਂ ਬਣਨਾ ਹੁਣ ਮੈਂ ਹਲੀਮ ਦਾ ਆਰਡਰ ਦਿੱਤਾ ਸੀ ਵੀਰੇ ਜਾ ਤੂੰ ਮੈਨੂੰ ਘੁਮਾ ਦਿੱਤਾ ਹਲੀਮ ਦੇ ਵਿੱਚ ਨਾ ਮੈਂ ਗਿਣਤੀ ਦੇ ਨਾ 15 ਦਾਣੇ ਗੰਦਮ ਦੇ ਲੱਭ ਕੇ ਲਿਆਈ ਆ ਤੂੰ ਇਹਨੂੰ ਕੁੱਟ ਕੁੱਟ ਕੇ ਨਾ ਦੋ ਦੋ ਦਾਣੇ ਪਾਣੇ ਹਰ ਦੇਗ ਦੇ ਵਿੱਚ ਤੇ ਵਧੀਆ ਕਿਸਮ ਦੀ ਹਲੀਮ ਬਣਾਣੀ ਆ ਕਿ ਤੇਰੇ ਭਾਣ ਤੇ ਖੁਸ਼ ਹੋ ਜਾਣ ਭਾਣ ਖੁਸ਼ ਹੋ ਜਾਣ 15 ਦਾਣੇ ਆਣ ਹਾਂ
ले मेरा समान पूरा ना मैं भेज लगी गिन के मेरे वीर ने गिन के चीजा पकानिया ते पूरियां ही मेनू चाहिदियां विचों एक भी चीज मिस नहीं होनी चाहिदी बाजी जिन्नियां के चीजा तू लेके आई है ना इन्हां चो एक चीज भी मिस होई है ना ते तेरी एक देग मिस हो जानी है तैनूं पता पांच बोटियां ना केड़ी देग बनदी है तू मेनू ए दस ना तू केड़े जहान दी औरत आ तू कदी हांडी रोटी नहीं कीती गोश्त दियां कड़ाई बनानी है तू हर देग च एक एक बोटी की खैर आ बोटियां दी आपां च बंद नहीं लैदा लैदा पकाउणियां तू गोश्त ते बना लैंदे पंजां बोटियां दस की तुहाडे घर एडा क चूचा सी ओह वी करता तुस पंज बोटियां तू लै के आ गईयां तैनूं शर्म नहीं आई पंज बोटियां लैंदे ओदां दा ओह बंदा तेरा जिहड़ा घर बैठा तैनूं कही जांदा देखदा सालन खाना देखदा सालन खाना ओहनूं कह गोली ना खा लई मेको देखदा ओहने सालन खाना इन्ना समान आ किन्ना समान आ तूं ऐ करी जां नहीं आ मैनूं गुस्सा ना चढ़ा इत्थे चल तूं हलवा बना दे तूं ना बना हलवा तू मेरी भैन ना सूजी ओदां ही वापस कर आ ओहनूं हलवा हलवा इन्नी क सूजी दा की करना तूं खतम दवाउणा तूं इन्नी क सूजी ते खैर आ तैनूं तेरे भाएं दा दिल टुट जाएगा मैं ओहदा मूंह तोड़ देणा वा मैनूं ओह लब्भे ते सही पैसे पले नहीं है सालन देखदा खाना ओनू एदा ही कितने फौतकी फूतकी ते लाया उत्थे खवा दे हलवा ते बना दे मैं हलवा बनाउणा चल ना ठिया इत्थों तू आ गई है पंज बोटियां लै के मेरे को कढ़ाई बनाउणा ही वे तेरे भाएं दा जी करदा पिया सी चल तू हलवा ते बना दे मैं हलवा तेरे भाएं दा मुंह दा बना देना तेरे भाएं ना ए मेरे मुरे भाएं नहीं है इत्थों जानी का नहीं तू